ਰੂਪਨਦੀਪ ਸਿੰਘ ਜੀ ਹੈ ਜੀ। ਪਰ ਕੀ ਘਟਨਾ ਹੋਈ ਰਾਤੀ? ਘਟਨਾ ਇੱਥੇ ਤਿੰਨ ਬੰਦੇ ਸੀਗੇ ਜਿਹੜੇ ਬੈਂਕ ਦੇ ਅੰਦਰ ਆਏ ਆ, ਦੋ ਤਾਂ ਬਾਅਦ ਤੋਂ ਫਰਾਰ ਹੋ ਗਏ ਤੇ ਬੰਬੇ ਤੋਂ ਕਾਲ ਆਈ ਸੀਗੀ ਕਿ ਅੰਜ ਤੁਹਾਡੇ ਬੈਂਕ ਦੇ ਜਿਹੜੇ ਲਾਗੇ ਆ ਤੇ ਕੁਛ ਹੀਰਾ ਫੇਰੀ ਹੋਣ ਡਈ ਆ ਇੱਥੇ, ਤੇ ਥਾਣੇ 'ਚ ਆਈ ਸੀ ਇਹਨਾਂ ਨੂੰ ਜਦੋਂ ਕਾਲ ਆਈ ਆ ਤਕਰੀਬਨ 2-4-5 ਮਿੰਟ ਦੇ ਵਿੱਚ ਭਾਜੀ ਹੋਣੀ ਆਪ ਦੋ ਜਣੇ ਦੇ ਨਾਲ ਇੱਕ ਇੰਸਪੈਕਟਰ ਸਾਹਿਬ ਸੀ ਇਹਨਾਂ ਦੇ, ਉਹ ਪਹੁੰਚ ਗਿਆ ਗੈਰੀ ਤੋਂ। ਇਹਨਾਂ ਨੇ ਆਣ ਕੇ ਬਾਹਰ ਹੀ ਫਿਰ ਖੜ ਗਿਆ, ਫਾਇਰਿੰਗ ਵਗੈਰਾ ਕੀਤੀ ਇਹਨਾਂ ਵੀ ਬਾਹਰ ਨਿਕਲ ਨਹੀਂ ਦਿੱਤਾ ਕਿਸੇ ਨੂੰ ਵੀ ਜਿਹੜੇ ਅੰਦਰ ਬੰਦੇ ਤਿੰਨੇ, ਤੇ ਜਿਉਂ ਸ਼ੁਰੂ ਤੋਂ ਲੈ ਕੇ ਖੀਰ ਤੱਕ ਭਾਜੀ ਹੋਣੀ ਬਾਹਰ ਖੜੇ ਹੀ ਰਹੇ ਆ। ਇਹਨਾਂ ਨੇ ਕਸਟਡੀ 'ਚ ਜਿਹੜੇ ਬੰਦੇ ਫੜੇ ਗਏ ਆ, ਅਸੀਂ ਇਸ ਤਰ੍ਹਾਂ ਵੀ ਸਾਨੂੰ ਜਦੋਂ ਇਹਨਾਂ ਭਾਜੀ ਉਹਨਾਂ ਨੇ ਆਵਾਜ਼ਾਂ ਮਾਰੀਆਂ ਕਿ ਜਿਹੜੇ ਲਾਗੇ ਬੰਨੇ ਥੋੜ੍ਹਾ ਹੋਰ ਇਕੱਠ ਕਰ ਲਈਏ, ਕਿਉਂਕਿ ਤਿੰਨੇ ਆਣੇ ਅੰਦਰ ਸੀ, ਤਿੰਨੇ ਆਣੇ ਭਾਜੀ ਹੋਣੀ ਬਾਹਰ ਸੀ, ਇਹਨਾਂ ਨੇ ਆਵਾਜ਼ ਮਾਰੀ ਆ ਕਿ ਜਲਦੀ ਆ ਰਹੋ ਥੋੜ੍ਹਾ ਇੱਥੇ, ਫਿਰ ਇਹਨਾਂ ਦੀ ਆਵਾਜ਼ ਸੁਣ ਕੇ ਅਸੀਂ ਭੱਜ ਕੇ ਆਏ ਹਾਂ ਇੱਥੇ ਜਲਦੀ 'ਚ। ਹਾਂਜੀ ਆਪ ਕੀਤੇ ਵੀ ਚਲੋ ਥੋੜ੍ਹਾ ਡਰਾਉਣ ਲਈ ਵੀ ਚਲੋ ਭਾਜੀ ਉਹਨਾਂ ਨਾਲ ਇਕੱਠ ਕਰ ਲਈ ਵੀ ਚਲੋ ਨਾਲ ਹੋ ਜਾਏ ਇਹਨਾਂ ਦੀ ਥੋੜ੍ਹਾ ਸਹਾਇਤਾ ਹੋ ਜਾਏ ਇਹਨਾਂ ਦੀ। ਪੈਸਾ ਤੇ ਕੋਈ ਨੀ, ਇਹਨਾਂ ਬੰਦੇ ਫੜ ਲਏ ਉਸੇ ਟਾਈਮ ਹੀ ਅੰਦਰ ਵੜ ਕੇ ਭਾਜੀ ਉਹਨਾਂ ਨੇ ਆਪ ਪੂਰੀ ਜ਼ੋਰ ਲਾ ਕੇ ਇਹਨਾਂ ਨੇ, ਤੇ ਪੈਸਾ ਤੇ ਕਿਸੇ ਨੇ ਉਹਨਾਂ ਨਾਲ ਹੱਥ ਨਹੀਂ ਲੱਗਾ ਉਹਨਾਂ, ਕਿਉਂਕਿ ਟਾਈਮ ਨਹੀਂ ਮਿਲਿਆ ਉਹਨਾਂ ਨੂੰ। ਅਜਾੜ ਬੀ ਐਮ ਐਨ ਬੈਂਕ ਤਾਂ ਹੈਗੀ ਆ, ਬਟ ਇਹਨਾਂ ਨੂੰ ਸਿਕਿਉਰਿਟੀ ਪੂਰੀ ਦਿੱਤੀ ਗਈ, ਭਾਜੀ ਹੋਣੀ ਪੂਰੀ ਪੈਟਰੋਲੀਅਮ ਦੇ ਰਹਿੰਦੇ ਆ, ਉਹ ਤੋਂ ਤਕਰੀਬਨ 15-20 ਮਿੰਟ ਪਹਿਲਾਂ ਪੈਟਰੋਲੀਅਮ ਕਰਕੇ ਗਏ ਆ ਇੱਥੇ, ਤੇ ਬੈਂਕ ਥੋੜ੍ਹਾ ਸਾਈਡ 'ਤੇ ਜ਼ਰੂਰ ਹੈਗਾ ਕਿ ਬੈਂਕ ਪਹਿਲਾਂ ਗੈਰੀ ਸੀ, ਹੁਣ ਇੱਥੇ ਨਵਾਂ ਬੈਂਕ ਬਣਾਉਣ ਦਾ ਬਣਾਇਆ ਇਹਨਾਂ ਨੇ ਵੱਖਰਾ, ਪਰ ਸੈਂਸਰ ਵਗੈਰਾ ਪੂਰੇ ਲਾ ਰੱਖੇ ਆ ਕਿ ਸਿਕਿਉਰਿਟੀ ਪੂਰੀ ਹੈ ਬੈਂਕ ਦੀ ਵੈਸੇ ਤੇ। ਪਰ ਜਿਹੜੇ ਉਹ ਨਸ਼ੇ ਕਹਿ ਲਈਏ ਆਪਾਂ ਕਿ ਨਸ਼ੇ ਵਧਣ ਦਾ ਕਰਕੇ ਬੰਦੇ ਬੇਰੁਜ਼ਗਾਰੀ ਦਾ ਕਰਕੇ ਫਿਰ ਇਹ ਕੰਮ ਪੁੱਠੇ ਕੰਮਾਂ 'ਚ ਪਏ ਆ ਉਹ। ਬਾਬਾ ਅਗੋਰੀ ਨਾਥ, ਭਗਤੀ ਦੀ ਸ਼ਕਤੀ ਹੈ ਮੇਰੇ ਕੋਲ, ਵਸ਼ੀਕਰਨ ਅਤੇ ਮੁਟਕਰਨੀ ਦੇ ਬੇਤਾਜ ਬਾਦਸ਼ਾਹ ਬਾਬਾ ਅਗੋਰੀ ਨਾਥ, ਮੇਰੇ ਕਿਤੇ ਕੰਮ ਨੂੰ ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ, ਸਮੱਸਿਆ ਚਾਹੇ ਜਿੱਦਾਂ ਦੀ ਵੀ ਹੋਵੇ ਜੜ ਤੋਂ ਖਤਮ, ਪਿਆਰ 'ਚ ਧੋਖਾ, ਸੋਤਨ ਦੁਸ਼ਮਣ ਤੋਂ ਛੁਟਕਾਰਾ, ਕਾਰੋਬਾਰ 'ਚ ਘਾਟਾ, ਨੌਕਰੀ ਦੀ ਸਮੱਸਿਆ, ਜ਼ਿੰਦਗੀ ਦੀ A to Z ਹਰ ਸਮੱਸਿਆ ਦੇ ਸਮਾਧਾਨ ਲਈ ਇੱਕ ਵਾਰ ਫੋਨ ਜ਼ਰੂਰ ਕਰੋ ਬਾਬਾ ਅਗੋਰੀ ਨਾਥ। ਮੋਬਾਈਲ ਨੰਬਰ 9815705376।